ਵੀ ਜਿਹੜੇ ਲੋਕੇ ਕਹਿੰਦੇ ਵੀ ਬਾਣੀ ਪੜੋ ਫਿਰ ਉਹ ਆਪਣਾ ਡੇਰਾ ਬੰਦ ਕਰਕੇ ਆਂ ਕਿਉਂ ਨਹੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਲੜ ਲੱਗ। ਹਰ ਬਾਬਾ ਚੰਗਾਣੀ ਤੇ ਹਰ ਬਾਬਾ ਮਾੜਾ। ਲਾ દો ਜੀ ਜਿੰਨੇ ਐਲ ਲੇਲੇਗੇਸ਼ਨ ਲਾਉਣੇ ਆ ਇੱਕ ਇੱਕ ਦਾ ਸਾਫ ਰੱਖਿਆ। ਇਹ ਹੁਣੇ ਸਾਡੇ ਨਾਲ ਆ ਗਾਂਦੀ ਉਹਨਾਂ ਨਾਲ। ਸਾਡਾ ਪੰਜਾਬੀਆਂ ਦਾ ਮਨ ਪੜ ਲਿਆ ਉਹਨਾਂ ਨੇ। ਪਤਾ ਹੁੰਦਾ ਬਿਲਕੁਲ। ਉਹਨਾਂ ਦਾ ਕੰਮ ਹੀ ਹੈ। ਤੇ ਇਹ ਗਾਂਧੀ ਨੂੰ ਮਤਲਬ ਗੋਲਮਾਲ ਥੀਂਗ ਉਹਦਾ ਪਾਰਟੀ ਬੈਕ ਟੂ ਬੈਕ ਕਿਉਂ ਬਣਾ ਰਹੇ ਨੇ ਤੇ ਬਾਈ ਹੁਣੀ ਨਹੀਂ ਉਹਨਾਂ ਕੋਲੇ ਕੀ ਕਨਸੈਪਟ ਨਹੀਂ ਹੈ ਉਹੀ ਕੱਢਣਾ ਗਾਂਧੀ ਜੀ ਮਤਲਬ ਇਦਾਂ ਨੇ ਮੈਂ ਲਿਖਾ ਇੱਕ ਜਿਵੇਂ ਤੁਸੀਂ ਦੱਸਿਆ ਬੜਾ ਵੇ ਯੂਥ ਨੂੰ ਵਰਤਦੇ ਆ ਲੀਡਰ ਬਿਲਕੁਲ ਬਿਲਕੁਲ ਇਹਦੇ ਚ ਤਾਂ ਕੋਈ ਦੋਰਾ ਹੈ ਹੀ ਨਹੀਂ ਸਾਡੀ ਸਾਡੀ ਪੰਜਾਬ ਦੀ ਮੇਰੇ ਖਿਆਲ ਜਵਾਨੀ ਦਾ ਜੇ ਆਪਾਂ ਪਹਿਲਾਂ ਪੁਰਾਣੇ ਡੈਮੋਸ ਦੇਖ ਲੀਏ ਜਿੰਨਾ ਨੁਕਸਾਨ ਪੋਲਿਟਿਕਸ ਦੀ ਵਜ੍ਹਾ ਕਰਕੇ ਹੋਇਆ ਮੇਰੇ ਖਿਆਲ ਚ ਹੋਰ ਕਦੇ ਵੀ ਨਹੀਂ ਹੋਇਆ ਇਹ ਜਵਾਨੀ ਵਰਤੀ ਹਮੇਸ਼ਾ ਉੱਧਰ ਗਈ ਹੈ ਤੇ ਸਾਡਾ ਸਾਡਾ ਖੂਨ ਥੋੜਾ ਰਵੈਲੀਅਸ ਹੈ ਅਸੀਂ ਸਾਨੂੰ ਕੋਈ ਬਹੁਤ ਸੋਹਣੇ ਸੁਪਨੇ ਦਿਖਾ ਕੇ ਬਹੁਤ ਸੋਹਣੀ ਤਕਰੀਰ ਦੇ ਦਿੰਦਾ ਬਹੁਤ ਸੋਹਣੇ ਭਾਸ਼ਣ ਦੇ ਲੈਂਦਾ ਅਸੀਂ ਕਲਾਕਾਰ ਨਹੀਂ ਉਹ ਵੀ ਬਾਬਿਆਂ ਨੂੰ ਬਹੁਤ ਪ੍ਰਮੋਟ ਕਰਦੇ ਆ ਲੱਗਦਾ ਵੀ ਜਿਹੜੇ ਸਾਡੇ ਚੰਗੇ ਸੋਹਿਰਦ ਬੰਦੇ ਨੇ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਜਾਂ ਉਹ ਪੈਰਾ ਜਿਹੜਾ ਲੱਗਦਾ ਵੀ ਉਹ ਨਹੀਂ ਰਿਹਾ ਕਲਾਕਾਰਾਂ ਦਾ ਵੀ ਚੰਗੇ ਲੋਕਾਂ ਦਾ ਵੀ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਗਲਾਂ ਦੇ ਵਿੱਚ ਵੀ ਉਹ ਪੈ ਗਏ ਗੋਲ ਜਿਹੇ ਫੈਨ ਫਾਲਿੰਗ ਬੜੀ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਮੈਂ ਚਲੋ ਕਿਸੇ ਦੀ ਸ਼ ਹਣਾ ਇਹ ਇਹ ਬਹੁਤ ਪਰਸਨਲ ਹੈ ਕਿਸੇ ਦਾ ਵੀ ਕਿਸੇ ਕਿਸੇ ਨੂੰ ਮੰਨਣਾ ਇਟਸ ਵੈਰੀ ਪਰਸਨਲ ਬਿਲਕੁਲ ਬਟ ਮੈਨੂੰ ਲੱਗਦਾ ਹੈ ਕਿ ਇੱਕ ਫੈਨ ਫੋਲੋਇੰਗ ਵੀ ਹੋ ਜਾਂਦੀ ਹੈ ਨਾ ਕਿ ਜੇ ਮੈਂ ਉਸ ਬਾਬੇ ਨੂੰ ਜਾ ਕੇ ਮੰਨਦਾ ਤਾਂ ਉਹਦੀ ਉਹਦੀ ਕਿੰਨੀ ਫੈਨ ਫੋਲੋਇੰਗ ਹੈ ਜਿਹੜੀ ਕਨਵਰਟ ਹੋਣੀ ਹੈ ਮੇਰੇ ਫੈਨਸ ਦੇ ਵਿੱਚ ਹਣਾ ਸੋ ਉਹ ਵੀ ਉਹ ਵੀ ਬੜਾ ਕਾਊਂਟ ਕਰ ਜਾਂਦਾ ਕਦੇ-ਕਦੇ ਤੇ ਉਹ ਨੰਬਰਸ ਦੇ ਵਿੱਚ ਤਬਦੀਲ ਹੁੰਦਾ ਹੈ ਜਦੋਂ ਬਾਅਦ ਦੇ ਵਿੱਚ ਤੁਸੀਂ ਕੋਈ ਸਿੰਗਰ ਬਣਦੇ ਹੋ ਜਾਂ ਤੁਸੀਂ ਕਦੇ ਐਕਟਰ ਬਣਦੇ ਹੋ ਨੰਬਰਸ ਦੇ ਵਿੱਚ ਵੀ ਤਬਦੀਲ ਹੋ ਜਾਂਦਾ ਸੋ ਹਾਂ ਇਹ ਐਵੀ ਹੋ ਸਕਦਾ ਬਟ ਮੈਂ ਮੈਂ ਬਿਲਕੁਲ ਝੂਠ ਨਹੀਂ ਮੰਨ ਸਕਦਾ ਕਈ ਕਈ ਕਹਿੰਦੇ ਆ ਪੱਥਰਾਂ ਚੋਂ ਵੀ ਰੱਬ ਨਿਕਲਦਾ ਹੁੰਦਾ ਭਾਈ ਉਹਨਾਂ ਨੇ ਪੱਥਰਾਂ ਧੰਨੇ ਭਗਤ ਦੀ ਗੱਲ ਮੰਨ ਲਈ ਆਪਾਂ ਉਹਦੀ ਉਦਾਹਰਣ ਲੈ ਲਈਏ ਜਾਂ ਹੋਰ ਹੋਰ ਵੀ ਕਈ ਐਗਜ਼ਾਮਪਲ ਨਹੀਂ ਪਰ ਲੱਗਦਾ ਹੈਗਾ ਭਾਈ ਨਵਦੀਪ ਭਾਈ ਤੁਸੀਂ ਮੈਂ ਨਾ ਹੁਣ ਪਿੱਛੇ ਜੇ ਕਿੰਨੀਆਂ ਕਿ ਵੀਡੀਓ ਦੇਖੀਆਂ ਕਈ ਬਾਬੇ ਵੀ ਖਾਸ ਤੌਰ ਤੇ ਸਿੰਗਰਸ ਨੂੰ ਮਤਲਬ ਅਸੋਸੀਏਟ ਕਰਕੇ ਉਹਨਾਂ ਦੇ ਨਾਲ ਵੀਡੀਓ ਬਣਾਉਂਦੇ ਨੇ ਕਿ ਉਹਨਾਂ ਤੋਂ ਬੁਲਾਉਂਦੇ ਨੇ ਜਿਵੇਂ ਇੱਕ ਬਾਬਾ ਜੀ ਨੇ ਮੈਂ ਮੈਂ ਉਹਦਾ ਨਾਮ ਭੁੱਲ ਗਿਆ ਤੁਸੀਂ ਵੀ ਸ਼ਾਇਦ ਵੀਡੀਓ ਦੇਖੀ ਹੋਣੀ ਆ ਉਹ ਅੱਗੇ ਇੱਕ ਨੂੰ ਬਿਠਾ ਕੇ ਤੇ ਉਹਦੇ ਤੋਂ ਇੱਕ ਚੀਜ਼ ਬਲਵਾਉਂਦੇ ਨੇ ਵੀ ਇੱਥੇ ਆ ਕੇ ਮੇਰਾ ਜੀਵਨ ਸਫਲ ਹੋ ਗਿਆ ਕੀ ਇਹ ਸਾਰਾ ਕੁਝ ਬਿਜ਼ਨਸ ਆ ਓਬਵੀਅਸ ਆ ਜੀ ਕਿਉਂਕਿ ਜੇ ਇੱਕ ਸਿੰਗਰ ਜਦੋਂ ਜਾਂ ਕੋਈ ਵੀ ਸੈਲੀਬ੍ਰਿਟੀ ਆ ਜਿਹਦਾ ਨਾਮ ਆਲਰੇਡੀ ਜੇ ਉਹ ਕੋਈ ਗੱਲ ਕਰਦਾ ਤੁਹਾਡੇ ਬਾਰੇ ਤਾਂ ਤੁਸੀਂ ਜਿੰਨੇ ਉਹਦੇ ਸੁਣ ਵਾਲੇ ਨੇ ਚਾਹਣ ਵਾਲੇ ਨੇ ਉਹਨਾਂ 'ਚ ਮਿੰਟੋ ਮਿੰਟੀ ਲਾਈਮਲਾਈਟ ਚ ਆ ਜਾਂਦੇ ਮੰਨ ਲਓ ਕੋਈ ਮੈਂ ਤੁਹਾਡੇ ਤੋਂ ਪ੍ਰਭਾਵਿਤ ਨਾ ਕਿਸੇ ਗੱਲ ਤੋਂ ਤੇ ਮੈਂ ਤੁਹਾਨੂੰ ਫੋਲੋ ਕਰਦਾ ਵੀ ਯਾਰ ਬਹੁਤ ਅੱਛਾ ਐਂਕਰ ਆ ਭਰਾ ਸਾਡਾ ਵਧੀਆ ਗੱਲਾਂ ਕਰਦਾ ਤੁਸੀਂ ਜੋ ਗੱਲ ਕਰੋਗੇ ਮੇਰੇ ਤੇ ਅਸਰ ਕਰੋਗੇ ਉਹ ਤੁਸੀਂ ਕਹਿ ਦੋ ਵੀ ਯਾਰ ਆਹ ਕਾਫੀ ਹੈ ਜਾਂ ਆਹ ਕੋਕ ਹੈ ਜਾਂ এবੀਸੀਡੀ ਕੋਈ ਵੀ ਚੀਜ਼ ਹੈ ਵੀ ਇਹ ਬਹੁਤ ਵਧੀਆ ਹੈਗੀ ਤਾਂ ਮੈਂ ਬਿਨਾਂ ਦੇਖੇ ਬਿਨਾਂ ਸੁਣੇ ਬਿਨਾਂ ਪਰਖੇ ਉਹ ਲੈ ਆਉਂਗਾ ਕਿਉਂਕਿ ਤੁਸੀਂ ਕਿਹਾ ਮੈਂ ਤੁਹਾਡੇ ਤੋਂ ਪ੍ਰਭਾਵਿਤ ਹਾਂ ਤਾਂ ਬਾਬੇ ਨੂੰ ਪਤਾ ਹੁੰਦਾ ਹੈ ਵੀ ਸਾਡੀ ਜਿਹੜੀ ਹੈ ਉਹੀ ਫੈਨ ਫੋਲੋਇੰਗ ਵਾਲੀ ਗੱਲ ਹੈ ਵੀ ਆਹ ਬੰਦਿਆਂ ਦਾ ਨੋਅ ਹੈ ਤਾਂ ਅਸੀਂ ਇਹਨਾਂ ਨੂੰ ਥੋੜਾ ਜਿਆਦਾ ਟਾਰਗੇਟ ਕਰਦੇ ਹਾਂ ਤਾਂ ਉਹਦੀ ਸਾਰੀ ਆਡੀਅנס ਨੇਚੁਰਲੀ ਲੱਗਦਾ ਹੈਗਾ ਫਿਰ ਬਾਬੇ ਤੇ ਲੀਡਰ ਸੇਮ ਹੀ ਨੇ ਹਾਂ ਬਿਲਕੁਲ ਨਾਲੇ ਮੈਂ ਇੱਕ ਚੀਜ਼ ਕਹਾਂ ਇੱਕ ਐਡ ਕਰੂੰਗਾ ਨਵਦੀਪ ਬਾਈ ਦੀ ਗੱਲ 'ਚ ਕਿ ਜਿਹੜੇ ਉਹ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਮਸ਼ਹੂਰੀ ਕਰਨੀ ਆਪਣੀ ਦੇ ਆ ਸੇਲਿੰਗ ਦਾ ਪ੍ਰੋਡਕਟ ਪ੍ਰੋਡਕਟ ਸੇਲ ਕਰ ਰਹੇ ਨੇ ਪ੍ਰੋਡਕਟ ਉਹ ਆਪ ਨੇ ਹੈ ਨਾ ਉਹ ਆਪਣੇ ਆਪ ਨੂੰ ਸੇਲ ਕਰ ਰਹੇ ਨੇ ਇਸ ਕਰਕੇ ਉਹਨਾਂ ਨੂੰ ਇੱਕ ਫੇਮਸ ਬੰਦਾ ਚਾਹੀਦਾ ਜਿਹਦੇ ਤੋਂ ਐਡ ਕਰਾਉਣੀ ਹੈ ਸੇਮ ਜਿਵੇਂ ਚ ਰਹੇ ਨੇ ਕਦੇ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਦੀ ਐਦਾਂ ਹੀ ਐਡ ਕਰਨੀ ਪਈ ਹੋਵੇ ਜਾਂ ਹਰਮੰਦਰ ਸਾਹਿਬ ਦੀ ਐਡ ਕਰਨੀ ਪਈ ਹੋਵੇ ਵੀ ਮੈਂ ਇੱਥੇ ਆਇਆ ਤੇ ਮੇਰੀ ਜ਼ਿੰਦਗੀ ਬਦਲ ਗਈ ਨਹੀਂ ਨਹੀਂ ਕਰਨ ਦੀ ਲੋੜ ਪਈ ਨਾ ਕਿਉਂਕਿ ਉਹ ਅਸਲ ਥਾਵਾਂ ਨੇ ਮੈਂ ਇਹਦੇ ਬਾਰੇ ਕੁਝ ਕਹਿਣਾ ਚਾਹੂੰਗੀ ਐਕਚੁਅਲੀ ਕੀ ਹੁੰਦਾ ਕਿ ਹਰ ਬਾਬਾ ਚੰਗਾ ਨਹੀਂ ਤੇ ਹਰ ਬਾਬਾ ਮਾੜਾ ਨਹੀਂ ਇਹੋ ਜੇ ਕਾਫੀ ਸਾਰੇ ਸੰਤ ਫਕੀਰ ਵੀ ਆਏ ਆ ਜਿਹੜੇ ਕਿ ਬਹੁਤ ਚੰਗੇ ਵੀ ਨੇ ਜਿਹੜੇ ਕਿ ਮਾੜੇ ਨਹੀਂ ਪਰ ਉਹਨਾਂ ਦਾ ਅਸੀਂ ਨਾਮ ਨਹੀਂ ਜਾਣਦੇ ਉਹ ਫੱਕਰ ਸੰਤ ਬੈਠੇ ਸੜਕਾਂ ਤੇ ਯੂ نو ਬਹੁਤ ਇਹੋ ਜਿਹੇ ਛੋਟੀਆਂ ਜਿਹੇ ਝੁੱਗੀਆਂ 'ਚ ਬੈਠੇ ਜਿਹੜੇ ਆਪਣਾ ਇਹ ਜੀਵਨ ਵਿਧਾਨ ਪਰ ਲੋਕੀ ਤਾਂ ਉਹਨਾਂ ਨੂੰ ਚੱਕ ਦਿੰਦੇ ਆ ਨਾ ਪਟਵਾਰੀ ਵਾਲੀ ਗੱਲ ਜੇ ਰਿਸ਼ਵਤ ਉਹ ਨਾ ਲਵੇ ਉਹਨੂੰ ਕਹਿੰਦੇ ਯਾਰ ਇਹ ਕੰਮ ਨਹੀਂ ਕਰੂਗਾ ਜਿਹੜਾ ਚੱਕਿਆ ਗਿਆ ਉਹ ਸੰਤ ਨਹੀਂ ਹੂੰ ਹੂੰ ਜਿਹੜਾ ਲੋਕਾਂ ਦੀ ਨਜ਼ਰਾਂ ਤੋਂ ਬਹੁਤ ਪਰੇ ਉਹ ਸੰਤ ਮੈਂ ਉਹਨਾਂ ਨੂੰ ਮੰਨਦੀ ਆ ਤੇ ਮੈਂ ਖਾਸਾ ਮੈਂ ਮਤਲਬ ਸਨਾਮ ਤੋਂ ਬਿਲੋਂਗ ਕਰਦੀ ਆ ਤੇ ਉੱਥੇ 99 ਪੀਰ ਨੇ ਤੇ ਜੇ ਇੱਕ ਹੋਰ ਨਿਕਲਿਆ ਤੇ ਆਪਾਂ ਮੱਕਾ ਬਣ ਸਕਦਾ ਉੱਥੇ ਮਤਲਬ ਤੇ ਉਹ ਪੂਰਾ ਏਰੀਆ ਹੀ ਇਹੋ ਜਾਏ ਕਿ ਉੱਥੇ ਬਹੁਤ ਸੰਤ ਫਕੀਰ ਪੈਦਾ ਹੋਏ ਨੇ ਤੇ ਬਹੁਤ ਆਏ ਨੇ ਵੀ ਇਹ ਗਾਂਧੀ ਨੂੰ ਮਤਲਬ ਗੋਲਮਾਲ 3 ਉਹਦਾ ਪਾਰਟੀ ਬੈਕ ਟੂ ਬੈਕ ਕਿਉਂ ਬਣਾ ਰਹੇ ਨੇ ਤੇ ਬਾਈ ਹੁਣੀ ਨੇ ਉਹਨਾਂ ਕੋਲੇ ਕੀ ਕਨਸੈਪਟ ਨਹੀਂ ਹੈਗਾ ਬਹੁਤ ਅੱਛਾ ਸਵਾਲ ਕੀਤਾ ਤੁਸੀਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਸਵਾਲ ਹੋਰ ਵੀ ਬਹੁਤ ਆਏ ਨੇ ਤਾਂ ਕਮੈਂਟ ਵੀ ਹੁੰਦੇ ਨੇ ਲੋਕਾਂ ਦੇ ਦੇ ਹੁਣ ਕੀ ਕੱਢਣਾ ਗਾਂਧੀ ਜੋ ਮਤਲਬ ਇਦਾਂ ਦੇ ਮੈਂ ਦਿਖਾਇਆ ਜਿਵੇਂ ਤੁਸੀਂ ਦੱਸਿਆ ਇੱਕ ਅਸਲ ਚ ਗੱਲ ਇਹ ਹੁੰਦੀ ਹੈ ਵੀ ਇਹ ਨਹੀਂ ਹੈਗਾ ਵੀ ਦੇਵੀਰ ਕੋਲ ਕੰਟੈਂਟ ਨਹੀਂ ਹੈਗੇ ਕਿੰਨੀਆਂ ਫਿਲਮਾਂ ਉਹਨਾਂ ਨੇ ਗਾਂਧੀ ਦੇ ਬਣ ਤੋਂ ਬਾਅਦ ਪੈਡਲਰ ਨਾਲ ਨਾਲ ਕਿੰਨੀਆਂ ਕੀਤੀਆਂ ਨੇ ਤੇ ਆਪਦੇ ਐਜ਼ ਅ ਐਕਟਰ ਸਾਬਤ ਵੀ ਕੀਤਾ ਵੀ ਹੀ ਇਜ਼ ਅ ਵੈਰੀ ਗੁੱਡ ਐਕਟਰ ਬਿਲਕੁਲ ਇੱਕ ਚੰਗੇ ਕੰਟੈਂਟ ਵੀ ਲੈ ਕੇ ਆਏ ਨੇ ਡੀਐਸਪੀ ਦੇਵ ਹੋ ਗਿਆ ਸਹਿਦਾਕੋਂ ਦਾ ਮੁੰਡਾ 1 2 ਹੋ ਗਈ ਤੇ ਨਾਲ ਕਾਕਾ ਜੀ ਹੋਰ ਬਹੁਤ ਸਾਰੀਆਂ ਫਿਲਮਾਂ ਕੀਤੀ ਇਹ ਇੱਕ ਉਹ ਚੇਂਜ ਸੀ ਜਦੋਂ 1 ਬਣੀ ਹੈਗੀ ਇੱਕ ਯੂਥ ਆਈਕਨ ਬਣ ਕੇ ਨਿਕਲਿਆ ਬਿਲਕੁਲ ਪਰ ਉਹਦੇ ਚ ਫਿਲਮ ਦੇਖੋ ਤੁਸੀਂ 1 ਤੇ 2 ਨੂੰ ਦੋਨਾਂ ਦੀ ਮੈਂ ਗੱਲ ਕਰਨਾ ਉਹ ਆ ਚੁੱਕੀਆਂ ਨੇ ਹੁਣ 3 ਆਊਗੀ ਉਹ ਇਹ ਨਹੀਂ ਕਿਹਾ ਹੋਇਆ ਫਿਲਮ ਦੇ ਵਿੱਚ ਵੀ ਤੁਸੀਂ ਐ ਕਰਨਾ ਹੂੰ ਉਹ ਜੇ ਦੱਸਿਆ ਹੋਇਆ ਹੈਗਾ ਵੀ ਐ ਕਰਨ ਨਾ ਕੀ ਹੁੰਦਾ ਹੂੰ ਕਿਵੇਂ ਕਿਵੇਂ ਯੂਥ ਦੀ ਗੱਲ ਕੀਤੀ ਆਪਾਂ ਬਿਲਕੁਲ ਕਿਵੇਂ ਉਹ ਪ੍ਰਭਾਵਿਤ ਹੁੰਦਾ ਚੀਜ਼ਾਂ ਤੋਂ ਜੇ ਉਹਦੇ 'ਚ ਕੋਈ ਕੁਆਲਿਟੀ ਹੈ ਜਿਹੜੇ ਹੁਣ ਆਪਾਂ ਗੱਲ ਕਰਦੇ ਆਂ ਲੀਡਰਸ਼ਿਪ ਦੀ ਗੱਲ ਕਰਦੇ ਸੀ ਉਹ ਕੀ ਕਰਦੇ ਨੇ ਉਹ ਟਾਰਗੇਟ ਕਰਦੇ ਨੇ ਉਸ ਬੰਦੇ ਨੂੰ ਜਿਹਦੇ 'ਚ ਕੋਈ ਕੁਆਲਿਟੀ ਹੁੰਦੀ ਹੈ ਯਾਰ ਇਹ ਇਹ ਬੰਦੇ 'ਚ ਇਹ ਕੁਆਲਿਟੀ ਹੈ ਵੀ ਇਹ 100 ਬੰਦਾ ਨਾਲ ਲਾ ਸਕਦਾ ਇਹਦੀ ਗੱਲ 'ਚ ਵਜ਼ਨ ਹੈ ਉਹ ਚੂਜ਼ ਕਰ ਲੈਂਦੇ ਨੇ ਉਸ ਟਾਈਮ ਤੇ ਜਦੋਂ ਉਹ ਕੱਚੇ ਹੁੰਦੇ ਨੇ ਕੱਚਾ ਫਲ ਟੁੱਟਿਆ ਮਾੜਾ ਹੁੰਦਾ ਨਾ ਉਹ ਉਹਨਾਂ ਨੂੰ ਲੈ ਲੈਂਦੇ ਨੇ ਫਿਰ ਨੂੰ ਦਵਾਈ ਲਾ ਕੇ ਪਕਾਉਂਦੇ ਜਿਵੇਂ ਆਪਾਂ ਅੰਬ ਪਕਾ ਲਈਏ ਦਵਾਈ ਲਾ ਕੇ ਫਿਰ ਉਹ ਮੂਹ ਪਕਾਉਂਦਾ ਜਦੋਂ ਆਪਾਂ ਖਾਣੇ ਆ ਜੇ ਨੈਚੁਰਲ ਪੱਕਿਆ ਹੋਵੇ ਉਹ ਸਵਾਦ ਦਿੰਦਾ ਹੈ ਬਿਲਕੁਲ ਇਹ ਯੂਥ ਦਾ ਵੀ ਇਹੀ ਹੁੰਦਾ ਹੈਗਾ ਜਦੋਂ ਫਿਰ ਇਹ ਕੱਚੇ ਫਲ ਧੱਕੇ ਨਾਲ ਪਕਾਏ ਜਾਂਦੇ ਨੇ ਫਿਰ ਉਹ ਤੁਹਾਡਾ ਜ਼ਿੰਦਗੀ ਦਾ ਟੇਸਟ ਖਰਾਬ ਕਰ ਦਿੰਦੇ ਨੇ